ਜਲਾਲਾਬਾਦ ਹਲਕੇ ਦੇ ਪਿੰਡ ਬੱਗੇ ਕੇ ਹਿਠਾੜ ਵਿਖੇ 309 ਏਕੜ ਪੰਚਾਇਤੀ ਜ਼ਮੀਨ ਮਾਮਲੇ ਤੇ ਚੱਲ ਰਹੇ ਦਰਨੇ ਦੇ ਵਿੱਚ ਅੱਜ ਕ੍ਰਾਂਤੀਕਾਰੀ ਯੂਨੀਅਨ ਦੇ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਉੱਚੇਚੇ ਤੌਰ ਤੇ ਹੋਏ ਹਾਜ਼ਰ ਦਰਨੇ ਦਾ ਕੀਤਾ ਸਮਰਥਨ ਮਿਲੀ ਜਾਣਕਾਰੀ ਅਨੁਸਾਰ ਅੱਜ ਜਲਾਲਾਬਾਦ ਹਲਕੇ ਦੇ ਪਿੰਡ ਬੱਗੇ ਕੇ ਹਿਠਾੜ ਵਿਖੇ ਪਿੰਡ ਵਾਸੀਆਂ ਵੱਲੋਂ ਚੱਲ ਰਹੇ 309 ਏਕੜ ਪੰਚਾਇਤੀ ਜ਼ਮੀਨ ਦੇ ਮਾਮਲੇ ਤੇ ਦਰਨਾ ਪ੍ਰਦਰਸ਼ਨ ਦੇ 10ਵੇਂ ਦਿਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਉੱਚੇਚੇ ਤੌਰ ਤੇ ਹਾਜ਼ਰ ਹੋਏ ਉਹਨਾਂ ਨੇ ਜਿੱਥੇ ਇਸ ਦਰਨੇ حمایت ਕੀਤੀ ਉੱਥੇ ਹੀ ਉਹਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇੱਥੇ ਜੋ ਲੋਕ ਵਸਦੇ ਨੇ ਉਹਨਾਂ ਕੋਲੇ ਬਹੁਤ ਘੱਟ ਜ਼ਮੀਨ ਹੈ ਅਤੇ ਸਰਕਾਰ ਉਹਨਾਂ ਤੋਂ ਜ਼ਮੀਨ ਛੁੜਵਾਉਣ ਦੀ ਯੋਜਨਾ ਨੂੰ ਰੱਦ ਕਰੇ ਅਤੇ ਇਹ ਜ਼ਮੀਨ ਇੱਥੇ ਵਸਦੇ ਲੋਕਾਂ ਦੇ ਨਾਮ ਤੇ ਕੀਤੀ ਜਾਵੇ। ਇਹ ਮੇਰ ਰੁਜ਼ਗਾਰ ਤੇ ਇੰਨੀ ਖੇਤਰਾਂ ਦੇ ਵਿੱਚ ਹੈ ਜ਼ਮੀਨ ਦੇ ਵਿੱਚ ਇੰਡਸਟਰੀ ਦੇ ਵਿੱਚ ਤੇ ਸਰਵਿਸਿਜ਼ ਦੇ ਵਿੱਚ। ਨਾ ਤਾਂ ਇਹ ਕੋਈ ਜਿਹੜੀਆਂ ਸਰਕਾਰੀ ਨੌਕਰੀਆਂ ਨੇ ਪੜ੍ਹਿਆ ਲਿਖਿਆ ਨੂੰ ਉਹ ਦੇ ਰਹੇ ਹੈਗੇ ਨਾ ਹੀ ਇੱਥੇ ਕੋਈ ਨਵੀਂ ਇੰਡਸਟਰੀ ਜਿਹੜੀ ਹੈਗੀ ਆ ਉਹ ਲੱਗ ਰਹੀ ਹੈ ਜਿਹੜੀ ਕੋ ਖੇਤੀ ਆਧਾਰਤ ਸਨਨਤ ਹੋਵੇ ਕਿ ਜਿਹੜੇ ਲੋਕ ਜ਼ਮੀਨਾਂ ਤੋਂ ਵਿਲੇ ਹੋਏ ਉੱਥੇ ਜਿਹੜਾ ਸ਼ਿਫਟ ਹੋ ਸਕਣ ਉਲਟਾ ਸਗੋਂ ਦੀ ਜਿਨ੍ਹਾਂ ਦੇ ਰੋਜ਼ਗਾਰ ਦਾ ਸਾਧਨ ਜ਼ਮੀਨ ਹੈਗੀ ਆ ਉਹਨਾਂ ਦਾ ਰੋਜ਼ਗਾਰ ਦਾ ਸਾਧਨ ਜਿਹੜਾ ਸਰਕਾਰ ਹੈਗੀ ਆ ਉਹ ਖੋਰੀ ਹੈਗੀ ਆ ਪੰਜਾਬ ਸਰਕਾਰ ਨੂੰ ਇਹ ਚਾਹੀਦਾ ਹੈਗਾ ਕਿ ਇਨ੍ਹਾਂ ਜ਼ਮੀਨਾਂ ਦੇ ਜਿਹੜੇ ਮਾਲਕਾਨਾ ਹੱਕਾ ਉਹਨਾਂ ਨੂੰ ਦਿੱਤੇ ਜਾਣ ਔਰ ਇਹ ਜਿਹੜੀਆਂ ਪੰਜਾਬ ਚ ਅਲੱਗ-ਅਲੱਗ ਥਾਵਾਂ ਤੇ ਕਿਸਾਨਾਂ ਨੂੰ ਇਦਾਂ ਜਿਹੜੇ ਆਬਾਦਕਾਰ ਹੈਗਾ ਉਹ ਉਜਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਦੋਂ ਸਾਡੀ ਪੰਜਾਬ ਦੇ ਖੇਤੀਬਾੜੀ ਮੰਤਰੀ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਹੋਰ ਨਾਲ ਮੀਟਿੰਗ ਹੋਈ ਆ ਕਈ ਮਹੀਨੇ ਪਹਿਲਾਂ ਉਹਦੇ ਚੋਂ ਮੰਨੇ ਹੈਗੇ ਆ ਅਸੀਂ ਕਹਿ ਵੀ ਜਿਹੜੇ ਧਨਾੜ ਹੈਗੇ ਆ ਜਿਹੜੇ ਪੰਚਾਇਤੀ ਜ਼ਮੀਨਾਂ ਜਾਂ ਹੋਰ ਸਰਕਾਰੀ ਜਾਇਦਾਦ ਦਾ ਨੱਪੀ ਬੈਠਿਆ ਤੁਸੀਂ ਉਹਨਾਂ ਤੋਂ ਜ਼ਮੀਨ ਛਡਾਓ ਹੁਣ ਜਿਹੜੇ ਗਰੀਬ ਲੋਕ ਨੇ ਉਹਨਾਂ ਤੋਂ ਜ਼ਮੀਨਾਂ ਛਡਾਉਣ ਆਗੇ ਤੁਸੀਂ ਦੇਖ ਲਓ ਕਿ 309 ਏਕੜ ਜ਼ਮੀਨ ਆ ਔਰ 450 ਪਰਿਵਾਰ ਆ ਮਤਲਬ ਐਵਰੇਜ 1 ਏਕੜ ਜ਼ਮੀਨ ਵੀ ਕਿਸੇ ਨੂੰ ਨਹੀਂ ਆਉਂਦੀ ਜਿਹੜਾ ਕੋਈ 5-4 ਕਨਾਲਾਂ ਤੇ ਆਪਣੀ ਸਬਜੀ ਬੀਜ ਕੇ ਹੋਰ ਕੋਈ ਛੋਟੀ ਮੋਟੀ ਖੇਤੀ ਕਰਕੇ ਆਪਣਾ ਤੋਰੀ ਫੁਲਕਾ ਚਲਾ ਰਿਹਾ ਹੈਗਾ ਉਹਦੇ ਤੋਂ ਰੋਸਗਾਰ ਜਿਹੜਾ ਖੋਣ ਦੀ ਸਰਕਾਰ ਕੋਸ਼ਿਸ਼ ਕਰ ਰਹੀ ਹੈਗੀ ਆ ਇਹਨੂੰ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਬਰਦਾਸ਼ਤੋਂ ਨਹੀਂ ਕੀਤਾ ਜਾਊਗਾ ਅੱਜ ਅਸੀਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਸ਼ੁਰੂ ਤੋਂ ਇਹਨਾਂ ਦੇ ਨਾਲ ਆ ਪਰ ਅੱਜ 10ਵਾਂ ਦਿਨ ਸੀ ਮੋਰਚੇ ਦਾ ਅੱਜ ਵੀ ਅਸੀਂ ਇੱਥੇ ਪਹੁੰਚੇ ਆਂ ਔਰ ਅਸੀਂ ਇਹ ਮਾਮਲਾ ਪੰਜਾਬ ਸਰਕਾਰ ਦੇ ਕੋਲੇ ਵੀ ਔਰ ਸੰਯੁਕਤ ਕਿਸਾਨ ਮੋਰਚੇ ਦੀਆਂ ਦੂਸਰੀਆਂ ਜਥੇਬੰਦੀਆਂ ਦੇ ਕੋਲੇ ਵੀ ਉਠਾਵਾਂਗੇ ਅਸੀਂ ਚਾਹਾਂਗੇ ਕਿ ਸਮੁੱਚਾ ਸੰਯੁਕਤ ਕਿਸਾਨ ਮੋਰਚਾ ਇਹਨਾਂ ਕਿਸਾਨਾਂ ਦੇ ਨਾਲ ਜਿਹੜਾ ਸੀਗਾ ਡਟੇ ਕਿਉਂ ਲਪੇਈ ਦੀ ਜੇ ਇਨਾ ਕਿਸਾਨਾਂ ਦੀ ਜ਼ਮੀਨ ਖੋਈ ਜਾਂਦੀ ਹੈਗੀ ਆ ਤੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਆਬਾਦ ਕਰਨੇ ਜਿਨ੍ਹਾਂ ਨੇ ਕੁਝ ਰੇਲਵੇ ਦੀਆਂ ਜ਼ਮੀਨਾਂ ਆਬਾਦ ਕੀਤੀਆਂ ਨੇ ਜੰਗਲਾਤ ਦੀਆਂ ਜ਼ਮੀਨਾਂ ਆਬਾਦ ਕੀਤੀਆਂ ਨੇ ਉਹ ਸਾਰਿਆਂ ਦੀਆਂ ਜ਼ਮੀਨਾਂ ਜੜੀਆਂ ਨੇ ਫਿਰ ਖੋਈਆਂ ਜਾਣੀਆਂ ਨੇ ਇੱਕ ਦੌਰ ਇਹੋ ਜਿਹਾ ਸੀ ਇਸ ਮੁਲਕ ਦੇ ਵਿੱਚੋਂ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸ਼ਤੀ ਰੋ ਨੇ ਇਹ ਕਿਹਾ ਕਿ ਸਮੁੱਚਾ ਮੁਲਕ ਇੱਕ ਦਿਨ ਜਿਹੜਾ ਸੀਗਾ ਵਰਤ ਰੱਖੇ ਜਦੋਂ ਸਾਡਾ ਮੁਲਕ ਅਨਾਜ ਵੀ ਅਮਰੀਕਾ ਤੋਂ ਜਿਹੜਾ ਸੀਗਾ ਲੈਂਦਾ ਸੀਗਾ ਤੇ ਇੱਥੇ ਲੋਕਾਂ ਨੇ ਬੇਬਾਦ ਜ਼ਮੀਨਾਂ ਨੂੰ ਆਪਣੇ ਹਲਾਂ ਦੇ ਨਾਲ ਆਬਾਦ ਕਰਕੇ ਆਪਣੀ ਮਿਹਨਤ ਨਾਲ ਆਬਾਦ ਕਰਕੇ ਅੱਜ ਇਹ ਹਾਲਤ ਕਰਤੀ ਕਿ ਸਾਡੇ ਕੋਲੇ ਅਨਾਜ ਵਾਧੂ ਆ ਸਾਡੇ ਦੇਸ਼ ਦੇ ਵਿੱਚ ਮਤਲਬ ਸਾਡੇ ਗ੍ਰਾਮਾਚ ਅਨਾਜ ਭਰਿਆ ਹੋਇਆ ਤੋਂ ਅੱਜ ਉਸ ਦੇਸ਼ ਦੇ ਵਿੱਚੋਂ ਭੁੱਖਮਰੀ ਖਤਮ ਕਰਨ ਲਈ ਜਿਹੜੇ ਕਿਸਾਨਾਂ ਨੇ ਮਿਹਨਤਾਂ ਕੀਤੀਆਂ ਜ਼ਮੀਨਾਂ ਆਬਾਦ ਕੀਤੀਆਂ ਨੇ ਅੱਜ ਉਹਨਾਂ ਨੂੰ ਭੁੱਖੇ ਮਾਰਨ ਵਾਲੇ ਪਾਸੇ ਸਰਕਾਰ ਤੁਰ ਰਹੀ ਹੈਗੀ ਆ ਇਹਨੂੰ ਕਿਸੇ ਵੀ ਤਰੀਕੇ ਨਾਲ ਜਿਹੜਾ ਬਰਦਾਸ਼ਤ ਹੈਗਾ ਉਹ ਨਹੀਂ ਕੀਤਾ ਜਾਊਗਾ ਕਰਕਤ ਇਹ ਵੀ ਹੈ ਨਾ ਕਿ ਇਹ ਜੋ 309 ਏਕੜ ਜ਼ਮੀਨ ਹੈ ਜਿਹਦੇ ਤੋਂ ਜੋ ਠੇਕਾ ਆਏਗਾ ਉਹ ਪਿੰਨ ਵਾਲਿਆਂ ਦੀ ਡਿਵੈਲਪਮੈਂਟ ਤੇ ਲਾਏਗਾ ਦੇਖੋ ਪਿੰਡ ਦੀ ਡਿਵੈਲਪਮੈਂਟ ਦੇ ਵਿੱਚ ਲੋਕ ਨੇ ਨਾ ਜੇ ਕਿਸੇ ਕਿਸੇ ਸੂਬੇ ਦੀ ਡਿਵੈਲਪਮੈਂਟ ਕਰਨੀ ਆ ਤਾਂ ਸੂਬਾ ਕੋਈ ਬਿਲਡਿੰਗ ਤੇ ਹੈ ਨਹੀਂ ਉਹ ਤਾਂ ਸੂਬਾ ਤਾਂ ਲੋਕਾਂ ਦੇ ਨਾਲ ਹੀ ਬਣਦਾ ਨਾ ਜੇ ਕੋ ਪਿੰਡ ਵੀ ਬਣਦਾ ਤਾਂ ਲੋਕਾਂ ਦੇ ਨਾਲ ਹੀ ਬਣਦਾ ਨਾ ਤੇ ਜੇ ਪਿੰਡ ਦੇ ਲੋਕ ਚਾਹੁੰਦੇ ਆ ਕਿ ਸਾਡੀ ਉਸ ਤਰ੍ਹਾਂ ਦੀ ਡਿਵੈਲਪਮੈਂਟ ਨਹੀਂ ਸਾਨੂੰ ਤਾਂ ਇਸ ਤਰ੍ਹਾਂ ਚਾਹੀਦਾ ਕਿ ਸਾਡਾ ਰੋਜੀ ਰੋਟੀ ਜਿਹੜੀ ਹੈਗੀ ਹੈ ਮਿਲੀ ਰਵੇ ਇਸ ਤੋਂ ਇਲਾਵਾ ਵੀ ਸਰਕਾਰ ਬਹੁਤ ਸਾਰੇ ਟੈਕਸ ਇਕੱਠੇ ਕਰਦੀ ਆ ਤੁਸੀਂ ਕਿਸੇ ਵੀ ਪਿੰਡ ਦੇ ਵਿੱਚ ਮੰਨ ਲਓ ਕੋਈ ਵੀ ਪਿੰਡ ਇੱਕ ਲੈ ਲਓ ਉਹਦੇ ਵਿੱਚ ਹਰ ਸਾਲ ਕਰੋੜਾਂ ਰੁਪਏ ਸਰਕਾਰ ਟੈਕਸ ਇਕੱਠੇ ਕਰਦੀ ਹੈਗੀ ਆ ਬਿਜਲੀ ਦਾ ਬਿੱਲ ਲੋਕ ਭਰਦੇ ਆ ਮੋਬਾਈਲ ਖਰੀਦਦੇ ਆ ਗੱਡੀਆਂ ਖਰੀਦਦੇ ਆ ਟਰੈਕਟਰ ਖਰੀਦਦੇ ਆ ਖੇਤੀ ਦੀ ਮਸ਼ੀਨਰੀ ਖਰੀਦਦੇ ਹੈਗੇ ਆ ਖੇਤੀ ਦੇ ਹੋਰ ਇਨਪੁਟਸ ਖਰੀਦਦੇ ਆ ਗਿਆ ਕਰੋੜਾਂ ਰੁਪਏ ਹਰ ਸਾਲ ਪਿੰਡ ਦੇ ਲੋਕ ਜਿਹੜਾ ਬਾਜ਼ਾਰ ਚੋਂ ਖਰੀਦ ਕੇ ਲਿਆਉਂਦੇ ਹੈਗੇ ਆ ਜਿੰਦੇ ਜੋ ਲੱਖਾਂ ਰੁਪਏ ਟੈਕਸ ਦੇ ਰੂਪ ਚ ਸਰਕਾਰ ਕੋਲੇ ਜਾਂਦਾ ਹੈਗਾ